ਮੀਡੀਆ ਪਲੇਟਫਾਰਮ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਇੱਕ ਸੀਸੀਟੀਵੀ ਫੁਟੇਜ ਹੈਰਾਨ ਕਰਨ ਵਾਲੀ ਹੈ। ਫੁਟੇਜ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ ਹੈ, ਜਿਸ ਦੇ ਵਿੱਚ ਇੱਕ ਬਜ਼ੁਰਗ ਔਰਤ ਦੂਜੀ ਔਰਤ ਨਾਲ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਬੜੀ ਹੀ ਚਲਾਕੀ ਦੇ ਨਾਲ ਆਪਣੇ ਹੱਥ ਵਿੱਚ ਫੜਿਆ ਰੁਮਾਲ ਪਿੱਛੇ ਲੈ ਕੇ ਜਾਂਦੀ ਹੈ ਤੇ ਰੁਮਾਲ ਦੀ ਆੜ ਦੇ ਵਿੱਚ ਦੂਜੀ ਔਰਤ ਦੇ ਪਿੱਛੇ ਪਿਆ ਪਰਸ ਲੁਕਾ ਕੇ ਔਰਤ ਦੇ ਸਾਹਮਣੇ ਹੀ ਲਿਫਾਫੇ ਦੇ ਵਿੱਚ ਪਾ ਲੈਂਦੀ ਹੈ, ਪਰ ਸਾਹਮਣੇ ਵਾਲੀ ਔਰਤ ਨੂੰ ਪਤਾ ਨਹੀਂ ਲੱਗਦਾ। ਇਹੋ ਨਹੀਂ, ਪਰਸ ਚੁੱਕ ਕੇ ਇੱਥੋਂ ਆਰਾਮ ਦੇ ਨਾਲ ਲੰਘਾਉਂਦੀ ਹੋਈ ਨਿਕਲ ਵੀ ਜਾਂਦੀ ਹੈ। ਪੀੜਿਤ ਪਰਿਵਾਰ ਨੇ ਸੀਸੀਟੀਵੀ ਦੇ ਨਾਲ ਔਰਤ ਦੀ ਪਹਿਚਾਣ ਕਰਨ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਦੱਸਿਆ ਕਿ ਪਰਸ ਦੇ ਵਿੱਚ ਇੱਕ ਸੋਨੇ ਦੀ ਅੰਗੂਠੀ, ਇੱਕ ਮੋਬਾਈਲ, 5,000 ਰੁਪਏ ਨਕਦੀ ਜੋ ਕਿ ਉਸਨੇ ਹਸਪਤਾਲ ਦੇ ਵਿੱਚ ਟੈਸਟ ਵਗੈਰਾ ਕਰਵਾਉਣ ਦੇ ਲਈ ਰੱਖੇ ਸਨ, ਉਸਦੇ ਨਾਲ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਮੌਜੂਦ ਸੀ। ਬਜ਼ੁਰਗ ਔਰਤ ਦੀ ਚਲਾਕੀ ਜਿੱਥੇ ਕਿ ਔਰਤ ਨਾਲ ਗੱਲਾਂ ਕਰਦੀ ਹੋਈ ਗਾਇਬ ਕਰ ਗਈ, ਪਰ ਸੋ ਬੇਹੱਦ ਚਲਾਕੀ ਦੇ ਨਾਲ ਬੜੇ ਸ਼ਾਸਤਰ ਤਰੀਕੇ ਦੇ ਨਾਲ ਇਸ ਬਜ਼ੁਰਗ ਔਰਤ ਦੇ ਵੱਲੋਂ ਉਸ ਔਰਤ ਦਾ ਜੋ ਕਿ ਨਾਲ ਬੈਠੀ ਸੀ ਉਸਦੇ ਪਰਸ ਨੂੰ ਬੜੀ ਹੀ ਚਲਾਕੀ ਦੇ ਨਾਲ ਆਪਣੇ ਲਿਫਾਫੇ ਦੇ ਵਿੱਚ ਪਾ ਲਿਆ ਤੇ ਉੱਥੋਂ ਦੀ ਲੜਖੜਾਉਂਦੀ ਹੋਈ ਚਲੀ ਜਾਂਦੀ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਬੇਹੱਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫਿਲਹਾਲ ਜਿਹੜੀ ਕਿ ਪਰਿਵਾਰ ਨੇ ਸੀਸੀਟੀਵੀ ਦੇ ਨਾਲ ਔਰਤ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ ਤੇ ਗੁਹਾਰ ਲਗਾਈ ਹੈ ਕਿ ਇਸ ਔਰਤ ਨੂੰ ਜਲਦ ਫੜਿਆ ਜਾਵੇ।